ਕਲੀਸਿਆ ਸਲੀਪ ਦਾ ਸੰਤ ਜੌਨ ਜੋਸਫ ਦੀ ਈਦ ਮਨਾਉਂਦੀ ਹੈ ਅਤੇ ਅੱਜ ਮੈਂ ਤੁਹਾਨੂੰ ਸੰਤ ਜੌਨ ਜੋਸਫ ਦੇ ਜੀਵਨ ਬਾਰੇ ਕੁਝ ਦੱਸਣਾ ਚਾਹੁੰਦਾ ਹਾਂ। ਸੰਤ ਜੌਨ ਜੋਸਫ ਦਾ ਜਨਮ ਇਟਲੀ ਦੇਸ਼ ਦੇ ਨੇਪਲਸ ਸ਼ਹਿਰ ਵਿੱਚ ਹੋਇਆ। ਉਸਨੇ ਕੈਪੋਚਿਨ ਧਾਰਮਿਕ ਜਮਾਤ ਵਿੱਚ ਪ੍ਰਵੇਸ਼ ਕੀਤਾ। ਜਦ ਉਸਨੂੰ ਇੱਕ ਆਸ਼ਰਮ ਦੇ ਮੁਖੀ ਵਜੋਂ ਨਿਯੁਕਤ ਕੀਤਾ ਗਿਆ ਤਾਂ ਉਹ ਆਸ਼ਰਮ ਦੇ ਸਾਰੇ ਕੰਮ ਅੱਗੇ ਹੋ ਕੇ ਕਰਿਆ ਕਰਦਾ ਸੀ। ਪ੍ਰੋਵਿੰਸ਼ੀਅਲ ਚੁਣੇ ਜਾਣ ਉਪਰੰਤ ਉਸਨੇ ਆਪਣੇ ਧਾਰਮਿਕ ਭਰਾਵਾਂ ਨੂੰ ਇਹ ਹਦਾਇਤ ਕੀਤੀ ਕਿ ਉਹਨਾਂ ਦੇ ਆਸ਼ਰਮ ਵਿੱਚੋਂ ਭੀਖ ਮੰਗਣ ਵਾਲੇ ਆਦਮੀ ਖਾਲੀ ਹੱਥ ਵਾਪਸ ਨਾ ਜਾਵੇ। ਪ੍ਰੋਵਿੰਸ਼ੀਅਲ ਦੇ ਆਪਣੇ ਕਾਰਜਪਾਲ ਵਿੱਚ ਉਹ ਚਾਹੁੰਦਾ ਸੀ ਕਿ ਉਸ ਨਾਲ ਕੋਈ ਵੀ ਖਾਸ ਲੋਕ ਨਾ ਕੀਤਾ ਜਾਵੇ ਬਲਕਿ ਉਸ ਨਾਲ ਆਮ ਲੋਕਾਂ ਵਾਲਾ ਵਰਤਾਓ ਕੀਤਾ ਜਾਵੇ। ਪ੍ਰਭੂ ਖੁਦਾ ਨੇ ਉਸਨੂੰ ਭਵਿੱਖਬਾਣੀ ਅਤੇ ਚਮਤਕਾਰ ਕਰਨ ਦੀ ਵਿਸ਼ੇਸ਼ ਦਾਤ ਬਖਸ਼ੀ ਸੀ। ਪੋਪ ਗ੍ਰਿਗੋਰੀ 16ਵੇਂ ਨੇ 26 ਮਈ 1839 ਈਸਵੀ ਨੂੰ ਜੌਨ ਜੋਸਫ ਨੂੰ ਸੰਤ ਘੋਸ਼ਿਤ ਕੀਤਾ ਅਤੇ ਉਹ ਇਟਲੀ ਦੇਸ਼ ਦੇ ਏਸ਼ੀਆ ਸ਼ਹਿਰ ਦਾ ਸਰਪ੍ਰਸਤ ਸੰਤ ਹੈ। ਅਤੇ ਉਹ ਅਸੀਂ ਵੀ ਸੰਤ ਜੌਨ ਜੋਸਫ ਦੀ ਸਿਫਾਰਿਸ਼ ਮੰਗਦੇ ਹੋਏ ਆਪਣੇ ਆਪ ਨੂੰ ਨੀਵਾਂ ਕਰਕੇ ਦੂਸਰੇ ਲੋਕਾਂ ਦੀ ਸੇਵਾ ਕਰੀਏ ਅਤੇ ਪ੍ਰਭੂ ਦੀ ਇੱਛਾ ਨੂੰ ਪੂਰਾ ਕਰੀਏ।